ਭਾਰਤ ਦੇ ਖੂਬਸੂਰਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸਾਡਾ ਜਿਹੜਾ ਅਗਲਾ ਪੜਾਅ ਉਹ ਭੈਣ ਨਵਤੇਜ ਕੌਰ ਉੱਪਲ ਹੋਰਾਂ ਦੇ ਘਰ ਦਾ ਜੀ। ਸੋ ਮਿਲਦੇ ਹਾਂ ਉਹਨਾਂ ਦੇ ਨਾਲ। ਪਰਥ ਦੇ ਟੂਰ ਤੇ ਆ ਜੀ, ਤੇ ਪਰਥ ਦਾ ਟੂਰ ਬੜਾ ਵਧੀਆ ਚੱਲ ਰਿਹਾ। ਅੱਜ ਪਹਿਲਾ ਦੇਣਾ ਪਰਥ ਦੇ ਟੂਰ ਦੇ ਵਿੱਚ, ਤੇ ਬੜੀ ਭੱਜ ਸੋ ਭੱਜ ਆ। ਹਰ ਪਾਸੇ ਸੱਜਣਾਂ ਮਿੱਤਰਾਂ ਦਾ ਪਿਆਰ ਮਿਲ ਰਿਹਾ, ਤੇ ਬਹੁਤ ਸਾਰੇ ਥਾਵਾਂ ਤੋਂ ਸੁਨੇਹੇ ਆ ਰਹੇ ਆ ਵੀ ਜ਼ਰੂਰ ਮਿਲ ਕੇ ਜਾਇਓ, ਆ ਕੇ ਜਾਇਓ। ਇਹੀ ਪਿਆਰ ਦੇ ਅਸੀਂ ਭੁੱਖੇ ਸੀ ਤੇ ਉਹ ਸਾਨੂੰ ਮਿਲ ਰਿਹਾ। ਪਰ ਪਰਥ ਦਾ ਟੂਰ ਜੇ ਅਸੀਂ ਇੱਥੇ ਨਾ ਆਉਂਦੇ, ਇਸ ਘਰ 'ਚ ਨਾ ਆਉਂਦੇ ਤਾਂ ਕੰਪਲੀਟ ਨਹੀਂ ਹੋਣਾ ਸੀ। ਭਾਵੇਂ ਮੈਨੂੰ ਪਤਾ ਸੀ, ਮੈਂ ਪਹਿਲਾਂ ਤੋਂ ਹੀ ਮੇਰੇ ਦਿਮਾਗ ਦੇ ਵਿੱਚ ਇਹ ਸੀ ਵੀ ਮੈਂ ਇਨਫੋਰਮ ਕਰਾਂ ਭੈਣ ਜੀ ਹੋਰਾਂ ਨੂੰ ਤੇ ਵੀ ਮੈਂ ਆ ਰਿਹਾ। ਪਰ ਫਿਰ ਮੇਰਾ ਰੁਝੇਵੇਂ ਇੰਨੇ ਸੀ ਤੇ ਮੈਨੂੰ ਉਮੀਦ ਸੀ ਵੀ 3 ਜਾਂ 4 ਦਿਨਾਂ 'ਚ ਤਾਂ ਮੈਂ ਕਿਵੇਂ ਨਾ ਕਿਵੇਂ ਟਾਈਮ ਉੱਥੇ ਸੈਟਅਪ ਕਰ ਹੀ ਲਾਂਗਾ। ਪਰ ਜੇ ਮੈਂ ਹਿਸਟਰੀ ਦੀ ਗੱਲ ਕਰਾਂ, ਇਸ ਪਰਿਵਾਰ ਦੀ ਗੱਲ ਕਰਾਂ, ਤਾਂ ਇਸ ਪਰਿਵਾਰ ਦਾ ਪੰਜਾਬ, ਪੰਜਾਬੀਅਤ, ਸਿੱਖਇਜ਼ਮ ਨੂੰ ਬਹੁਤ ਕੁਛ ਦੇਣ ਆ ਜੀ। ਤੇ ਇਸ ਪਰਿਵਾਰ ਦੀ ਜਿਹੜੀ ਸਭ ਤੋਂ ਵੱਡੀ ਗੱਲ ਮੇਰੀ ਦੇਖਣ 'ਚ ਆਉਂਦੀ ਆ ਉਹ ਇਹ ਆ ਜੀ, ਇਸ ਪਰਿਵਾਰ ਦੇ ਬੂਹੇ ਸਦਾ ਹੀ ਖੁੱਲ੍ਹੇ ਹੁੰਦੇ ਆ, ਦੱਸਣ ਦੀ ਲੋੜ ਨਹੀਂ ਪੈਂਦੀ। ਜਦੋਂ ਮਰਜ਼ੀ ਆ ਜਾਓ ਤੇ ਤੁਹਾਡਾ ਸਵਾਗਤ ਹੁੰਦਾ। ਮੈਂ ਤਕਰੀਬਨ 5 ਕੁ ਵਰ੍ਹਿਆਂ ਬਾਅਦ ਇੱਥੇ ਆਇਆ ਤੇ ਮੇਰੇ ਆਉਂਦੇ ਹੀ ਯਾਦਾਂ ਤਾਜ਼ੀਆਂ ਹੋਈਆਂ ਵੀ ਮੈਂ 5 ਕੁ ਵਰ੍ਹੇ ਪਹਿਲਾਂ ਇੱਥੇ ਆ ਕੇ ਜਾਮਣਾ ਖਾ ਕੇ ਗਿਆ ਸੀ। ਤੇ ਤੁਸੀਂ ਤੁਹਾਨੂੰ ਵੀ ਅਸੀਂ ਦਿਖਾਵਾਂਗੇ ਕਿਵੇਂ ਪੰਜਾਬ ਪੰਜਾਬੀ ਦਾ ਕਲਚਰ ਸਾਹਮਣੇ ਹੋਇਆ। ਉਹ ਵੀ ਤਕਰੀਬਨ 4 ਦਹਾਕੇ ਹੋ ਗਏ ਇੱਥੇ ਆਇਆ ਨੂੰ। ਅਸੀਂ ਅੱਜ 2 ਸਾਲ 2 ਸਾਲਾਂ ਬਾਅਦ ਹੀ ਭੁੱਲ ਜਾਂਦੇ ਹਾਂ ਵੀ ਅਸੀਂ ਕਿੱਥੇ ਹਾਂ, ਕੀ ਹਾਂ, ਕਿਵੇਂ ਹਾਂ, ਪਰ 4 ਦਹਾਕਿਆਂ ਬਾਅਦ ਵੀ ਜੇ ਕਲਚਰ ਸਾਹਮਣੇ ਹੋਇਆ, ਇਸ ਲਈ ਸਾਡੇ ਵੀ ਪੈਰ ਇੱਧਰ ਨੂੰ ਆ ਗਏ। ਸੋ ਪੇਂਡੂ ਆਸਟ੍ਰੇਲੀਆ ਦੇ ਦਰਸ਼ਕਾਂ ਨੂੰ ਅਸੀਂ ਮਿਲਾਉਣੇ ਹਾਂ ਜੀ, ਸਾਡੇ ਵੱਡੇ ਭੈਣ ਜੀ ਨਵਤੇਜ ਕੌਰ ਹੋਰਾਂ ਨੂੰ। ਸੋ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸੋ ਭੈਣ ਜੀ ਦੇਖੋ, ਪਰਥ ਆਏ ਆ ਬਿਨਾਂ ਦੱਸਿਆ ਆ, ਪਹਿਲਾਂ ਤਾਂ ਮਾਫੀ ਚਾਹੁੰਦੇ ਤੁਹਾਡੇ ਤੋਂ, ਇਜਾਜ਼ਤ ਲੈ ਬਿਨਾਂ ਆ ਗਏ। ਬਹੁਤ ਬਹੁਤ ਸਵਾਗਤ, ਚੰਗਾ ਤੁਸੀਂ ਸਾਡੇ ਸ਼ਹਿਰ ਆਏ ਹੋ ਤੇ ਸਾਨੂੰ ਬਹੁਤ ਅੱਛਾ ਲੱਗਿਆ ਜੀ। ਜੀ ਸੋ ਭੈਣ ਜੀ, ਗੱਲ ਇਹ ਆ ਵੀ ਦੇਖੋ, ਪਰਥ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਨੂੰ ਜਦੋਂ ਕਿਸੇ ਦੇ ਵੀ ਦਿਮਾਗ ਦੇ ਵਿੱਚ ਆਉਂਦਾ ਤਾਂ ਉਹ ਏਦਾਂ ਆਉਂਦਾ ਵੀ ਸੁੰਨਸਾਨ, ਉਜਾੜਾਂ 'ਚ, ਦੂਰ ਦੁਰਾਡਾ। ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੀ ਜੇ ਅਸੀਂ ਗੱਲ ਕਰੀਏ ਵੀ ਜਿਹੜਾ ਇੱਕ ਦਿਮਾਗ 'ਚ ਬਣੀ ਹੋਈ ਹੈ ਗੱਲ ਵੀ ਗਰਮ ਸ਼ਹਿਰ ਆ, ਉੱਥੇ ਟਿੱਬੇ ਆ, ਉੱਥੇ ਆਬਾਦੀ ਨਹੀਂ ਹੈ, ਉੱਥੇ ਤਾਂ ਇਹੋ ਜਿਹਾ ਮਾਹੌਲ ਨਹੀਂ ਆਉਂਦਾ। ਤੁਸੀਂ ਕਿੰਨੇ ਚਿਰ ਤੋਂ ਇੱਥੇ? ਮੈਨੂੰ 36 ਸਾਲ ਹੋ ਗਏ। 36 ਸਾਲ? ਤੇ 36 ਸਾਲ ਪਹਿਲਾਂ ਦਾ ਕੀ ਸਬੱਬ ਮਾੜਾ ਦੱਸਿਓ ਆਉਣ ਦਾ? ਮੈਂ ਵਿਆਹ ਕਰਾ ਕੇ ਇੱਥੇ ਆਈ ਸੀ ਜੀ, ਤੇ ਉਸ ਵੇਲੇ ਤਾਂ ਪਰਥ ਬਹੁਤ ਛੋਟਾ ਜਿਹਾ ਸ਼ਹਿਰ ਸੀਗਾ, ਕੋਈ ਏਡਾ ਵੱਡਾ ਨਾ ਸੀ, ਨਾ ਏਡੇ ਏਡੀਆਂ ਬਿਲਡਿੰਗ ਸੀਗੀਆਂ ਤੇ ਨਾ ਏਡੀ ਇਨਫਰਾਸਟ੍ਰਕਚਰ, ਰੋਡਸ ਵਗੈਰਾ ਕੁਛ ਨਹੀਂ ਸੀਗੀਆਂ ਇਹੋ ਜਿਹੀਆਂ। ਪਰ ਹੁਣ ਜਿਉਂ 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 ਬਹੁਤ ਤਰੱਕੀ ਕੀਤੀ, ਉਸ ਵੇਲੇ ਕੋਈ ਗੁਰੂ ਘਰ ਸਰਦਾਰ ਬਲਵੰਤ ਸਿੰਘ ਉੱਪਲ ਹੋਰਾਂ ਬਾਰੇ, ਜਿਹੜੇ ਅੱਜ ਵੀ ਬੜੇ ਐਕਟਿਵ ਆ ਜੀ ਐਜੂਕੇਸ਼ਨ ਦੇ ਮਾਮਲੇ ਚ, ਅੱਜ ਵੀ ਪੰਜਾਬ ਚ ਰਹਿ ਕੇ ਉਹ ਜਿਹੜੀ ਸਿੱਖਿਆ ਦਾਨ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾ ਰਹੇ ਆ, ਪਰ ਉਹਨਾਂ ਦਾ ਜਿਹੜਾ ਨਾਂ, ਮੇਨ ਨਾਂ ਉਹਨਾਂ ਦਾ ਇਸ ਗੱਲ ਲਈ ਪੰਜਾਬੀ ਜਾਣਨਗੇ, ਸਾਰੀ ਰਹਿੰਦੀ ਦੁਨੀਆਂ ਤੱਕ ਜਾਣਨਗੇ। ਉਹਨਾਂ ਨੇ ਜਦੋਂ ਕੰਪਿਊਟਰ ਦਾ ਯੁੱਗ ਆਇਆ, ਆਧੁਨਿਕਤਾ ਆਈ, ਤਾਂ ਪਹਿਲੇ ਪੰਜਾਬੀ ਫਾਊਂਟ, ਜਿਹੜੇ ਗੁਰਮੁਖੀ ਦੇ ਪਹਿਲੇ ਫਾਊਂਟ ਜੇ ਅਸੀਂ ਕਹੀਏ, ਤਾਂ ਉਹਨਾਂ ਨੇ ਆਜ਼ਾਦ ਕੀਤੇ। ਸੋ ਇਸ ਲਈ ਉਹ ਅਸੀਂ ਉਹਨਾਂ ਦਾ ਤਹਿ ਦਿਲੋਂ ਰਿਣੀ ਆ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਸਾਡੇ ਲਈ ਜੇ ਅੱਜ ਪੰਜਾਬੀ ਫਾਊਂਟ ਦੇ ਰਾਹ ਖੁੱਲੇ ਆ ਤਾਂ ਰਾਹ ਦਰਸੇਰਾ ਬਣੇ ਆ। ਸੋ ਤੁਸੀਂ ਇਹ ਜਿਹੜਾ ਪੰਜਾਬੀ ਫਾਊਂਟ ਵਾਲੇ ਦੀ ਥੋੜੀ ਜਿਹੀ ਗੱਲ ਕਰੀਏ, ਤੁਸੀਂ ਜਦੋਂ ਉੱਪਲ ਸਾਹਿਬ ਨੇ ਸ਼ੁਰੂਆਤ ਕੀਤੀ ਆ, ਤੁਹਾਨੂੰ ਕੀ ਲੱਗਦਾ ਸੀ ਵੀ ਆਉਣ ਵਾਲੇ ਦਿਨਾਂ 'ਚ ਕਿੱਡਾ ਵੱਡਾ ਕਾਰਜ ਹੋ ਜਾਊ? ਮੈਨੂੰ ਤਾਂ ਖੁਦ ਨੂੰ ਨਹੀਂ ਸੀ ਪਤਾ ਹੁੰਦਾ, ਰਾਤ ਨੂੰ ਉਹਨਾਂ ਨੇ ਪਹਿਲਾਂ ਤਾਂ 5 ਵਜੇ ਕੰਮ ਤੋਂ ਆਉਣਾ, ਖਾ ਪੀ ਕੇ ਫਿਰ ਲੱਗ ਜਾਣਾ ਕੰਪਿਊਟਰ ਤੇ ਬਹਿ ਜਾਣਾ, ਤੇ ਰਾਤ ਦੇ 2 ਵਜੇ ਤੱਕ ਮੈਂ ਵੀ ਨਹੀਂ ਸੀ ਸੌ ਸਕਦੀ, ਬੈਠਣਾ ਹੀ ਬੈਠਣਾ, ਨਾਲ ਕੋਈ ਪ੍ਰੋਗਰਾਮ ਲਿਖਣੇ, ਸਬ ਰੂਟੀਨਸ ਲਿਖਣੀਆਂ, ਕਿਉਂਕਿ ਮੈਂ ਵੀ ਉਦੋਂ ਕੰਪਿਊਟਰ ਸਟੱਡੀਜ਼ ਕਰ ਰਹੀ ਸੀਗੀ ਤੇ ਦੋਹਾਂ ਨੇ ਕਰਕੇ, ਪਰ ਮੈਨੂੰ ਇੰਨਾ ਨਹੀਂ ਸੀ ਪਤਾ ਕੀ ਬਣ ਕੀ ਰਿਹਾ। ਪਰ ਫਿਰ ਇਹਨਾਂ ਨੇ ਜਿੱਦਾਂ ਜਦੋਂ ਫੋਨ ਤੇ ਆ ਕੇ, ਇੱਕ ਨੂੰ ਮੈਂ ਗੁਰਬਾਣੀ ਦਾ ਸਾਰਾ, ਫਿਰ ਜਿਹੜਾ ਸਾਰਾ ਡਾਟਾ ਮੈਂ ਐਂਟਰ ਕੀਤਾ ਸੀ ਜੀ, ਜਿਹੜਾ ਗੁਰਬਾਣੀ ਦਾ, ਹਾਂਜੀ, ਉਹਨੂੰ 6 ਮਹੀਨੇ ਲੱਗ ਗਏ ਸੀ। ਪੂਰੇ 6 ਮਹੀਨੇ ਮੈਂ ਆਪਣੇ ਆਪ ਨੂੰ ਲੌਕ ਕੀਤਾ ਸੀ, ਕਿਉਂਕਿ ਮੈਨੂੰ ਪੰਜਾਬੀ ਟਾਈਪਿੰਗ ਨਹੀਂ ਸੀ ਆਉਂਦੀ, ਮੈਂ ਨਾਲੋਂ ਨਾਲ ਸਿੱਖੀ ਸੀਗੀ। ਤਾਂ 6 ਮਹੀਨਿਆਂ ਬਾਅਦ ਫਿਰ ਜਦੋਂ ਫਿਨਿਸ਼ ਹੋਇਆ, ਸਾਰਾ ਐਡਿਟ ਕੀਤਾ ਇਹਨਾਂ ਨੇ, ਫਿਰ ਕੋਈ ਗਲਤੀ ਤਾਂ ਨਹੀਂ ਰਹਿ ਗਈ, ਫਿਰ ਅਸੀਂ ਉੱਥੇ ਤੇ ਘਰੇ, ਮਤਲਬ ਅਖੰਡ ਪਾਠ ਸਾਹਿਬ ਅਸੀਂ ਪਹਿਲੇ ਸੀਗੇ ਜਿਹਨਾਂ ਨੇ ਅਖੰਡ ਪਾਠ ਸਾਹਿਬ ਇੱਥੇ ਕਰਾਇਆ, ਤੇ ਕਰਵਾ ਕੇ ਫਿਰ ਅਸੀਂ ਸਾਰਾ ਪਰਿਵਾਰ ਇੰਡੀਆ ਗਏ, ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲਈ। ਤੇ ਉਹਨਾਂ ਨਾ ਸੀ, ਸਾਨੂੰ ਨਹੀਂ ਸੀ ਪਤਾ ਕੋਈ ਕਵੇ ਡਿਸਕਾਂ ਚ ਤੁਸੀਂ ਗੁਰੂ ਗ੍ਰਾਣੀ ਲਈ ਜਾ ਰਹੇ ਹੋ, ਤੇ ਕੋਈ ਕਿੰਤੂ ਪ੍ਰੰਤੂ ਕਰੇ। ਫਿਰ ਉਹਨਾਂ ਨੇ ਉੱਥੇ ਜਦੋਂ ਉਹਨਾਂ ਦਾ ਸਾਲਾਨਾ ਇਜਲਾਸ ਹੁੰਦਾ, ਉਹਦੇ ਵਿੱਚ ਇਹਨਾਂ ਨੇ ਪ੍ਰੈਜੈਂਟ ਕੀਤਾ,
ਤੇ ਉਹਨਾਂ ਨੇ ਇਹਨਾਂ ਨੂੰ ਲੈਟਰ ਦਿੱਤੀ ਫਿਰ ਥਰੂ ਆਊਟ ਦਾ ਵਰਲਡ ਗਏ ਸੀ ਦਿਖਾਉਣ ਵਾਸਤੇ। ਜੀ ਜੀ, ਸੋ ਦੇਖੋ ਜੀ ਇਹ ਬਹੁਤ ਸੈਂਸਿਟਿਵ ਮਸਲਾ ਸੀ ਤੇ ਬਹੁਤ ਜ਼ਿਆਦਾ ਰਿਸਕ ਵੀ ਸੀ ਤੇ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਸੀ। ਗੁਰੂ ਗ੍ਰੰਥ ਸਾਹਿਬ ਨੂੰ ਡਿਜੀਟਲਕਰਨ ਕਰਨਾ ਕਾਫੀ ਵੱਡਾ ਤੁਸੀਂ ਉਸ ਟਾਈਮ ਦੇ ਵਿੱਚ ਉਪਰਾਲਾ ਕੀਤਾ ਤੇ ਅਸੀਂ ਸਾਰੇ ਹੀ ਸਿੱਖ ਕੌਮ ਬਣੀ ਧੰਨਵਾਦ ਕਰਦੇ ਹਾਂ ਤੁਹਾਡਾ। ਇਹਨਾਂ ਨੇ ਵਰਲਡ ਟੂ ਵਰਲਡ ਮੀਨਿੰਗ ਕੀਤਾ ਸੀ ਇਕੱਲੇ ਵਰਡ। ਜੀ ਜੀ, ਸੋ ਬਹੁਤ ਵੱਡਾ ਕੰਮ ਸੀ ਜੋ ਉਹਨਾਂ ਨੇ ਕੀਤਾ। ਸੋ ਜਿਹੜਾ ਤੁਸੀਂ ਇਹ ਕਾਰਜ ਕੀਤਾ ਤੇ ਅੱਜ ਜਦੋਂ ਇਹ ਕਾਰਜ ਬੜੀਆਂ ਟੀਸੀਆਂ ਤੇ ਸ਼ੋਅ ਰਿਹਾ ਤੇ ਕਿਤੇ ਮਾਣ ਮਹਿਸੂਸ ਹੁੰਦਾ ਵੀ ਅਸੀਂ ਇਹਦੀ ਨਿਓ ਬਣੇ ਜਾਂ ਗੁਰੂ ਨੇ ਸੇਵਾ ਲਈ ਤੁਹਾਡੇ ਤੋਂ? ਅਸਲੀ ਤਾਂ ਉਹਨਾਂ ਨੇ ਕੀਤਾ, ਮੈਂ ਤਾਂ ਵੈਸੇ ਨਾਲ ਨਹੀਂ ਨਹੀਂ ਫਿਰ ਵੀ ਚਲੋ ਸੇਵਾ ਦਾ ਲਈ ਫੈਮਿਲੀ ਤੋਂ ਪਰਿਵਾਰ ਤੋਂ ਲਈ। ਮੈਂ ਇੱਥੇ ਇੱਕ ਗੱਲ ਹੋਰ ਦੱਸਦਾ ਜੀ, ਸਿੱਖਇਜ਼ਮ ਦੇ ਵਿੱਚ ਕਈ ਵਾਰੀ ਕੁਝ ਇੱਕ ਗੱਲਾਂ ਆ ਜਾਂਦੀਆਂ ਵੀ ਗੁਰਦੁਆਰਾ ਸਾਹਿਬ ਜਾਂ ਔਰਤਾਂ ਦੇ ਮਾਮਲੇ 'ਚ ਗੱਲਾਂ ਆ ਜਾਂਦੀਆਂ ਵੀ ਬਰਾਬਰਤਾ ਦੀ ਗੱਲ ਆਉਂਦੀ ਆ, ਤਾਂ ਇਸ ਟਾਈਮ ਸਾਡੇ ਭੈਣ ਜੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਐਜ਼ ਏ ਮੁੱਖ ਸੇਵਾਦਾਰ ਵੀ ਆਪਣੀ ਭੂਮਿਕਾ ਨਿਭਾ ਰਹੇ ਆ ਤੇ ਬੜੇ ਐਕਟਿਵ ਆ ਜੀ। ਪੰਜਾਬੀ ਦੀਆਂ ਕੋਈ ਵੀ ਕਲਚਰਲ ਐਕਟੀਵਿਟੀਜ਼ ਹੋਣ ਕਿਸੇ ਵੀ ਕਿਸਮ 'ਚ ਹੋਣ ਉਹ ਇਹਨਾਂ ਦੀਆਂ ਉਹਨਾਂ 'ਚ ਵੱਧ ਚੜ ਕੇ ਹਿੱਸਾ ਲੈਂਦੇ ਆ। ਪਰਥ ਦੇ ਮਾਮਲੇ 'ਚ ਅਸੀਂ ਚਾਹੇ ਐਡਲੇਡ ਬੈਠੇ ਹੋਈਏ, ਮੈਲਬਨ 'ਚ, ਜਦੋਂ ਵੀ ਸਾਨੂੰ ਕੋਈ ਲੋੜ ਪੈਂਦੀ ਆ ਤਾਂ ਅਸੀਂ ਅੱਧੀ ਰਾਤ ਆਵਾਜ਼ ਮਾਰਦੇ ਹਾਂ ਤੇ ਸਾਰਾ ਪਰਿਵਾਰ ਸਾਡਾ ਸਾਥ ਦਿੰਦਾ ਜੀ। ਸੋ ਤੁਸੀਂ ਕਲਚਰਲ ਚੀਜ਼ਾਂ ਬੜੀਆਂ ਸਾਂਭੀਆਂ ਹੋਈਆਂ, ਅਸੀਂ ਦੇਖ ਰਹੇ ਹਾਂ ਤੁਸੀਂ ਬੰਬੀ ਲਾਈ ਹੋਈ ਆ ਘਰੇ। ਹਾਂਜੀ, ਸ਼ੌਂਕ ਹੈ ਵੈਸੇ ਵੀ ਜਦੋਂ ਪ੍ਰੋਗਰਾਮ ਕਰਾਉਣ ਦਾ ਵੀ ਸ਼ੌਂਕ ਹੈ। ਹੁਣ ਅਸੀਂ ਜਿਹੜਾ ਅਸੀਂ ਤਾਂ ਹੁਣ ਇੱਕੋ ਹੀ ਕਰਾਉਂਦੇ, ਪਹਿਲਾਂ ਤਾਂ ਗੁਰਦੁਆਰਾ ਸਾਹਿਬ ਦੀ ਫੰਡ ਰੇਜ਼ਿੰਗ ਕਰਦੇ ਸੀ, ਫਿਰ ਮੈਂ ਬੱਚਿਆਂ ਦੀ ਫੈਮਿਲੀ 'ਚ ਬਿਜ਼ੀ ਹੋ ਗਈ, ਥੋੜਾ ਸਟਾਪ ਹੋ ਗਿਆ, ਫਿਰ ਹੁਣ ਅਸੀਂ ਕਰਦੇ ਹਾਂ ਤੀਆਂ ਦਾ ਪ੍ਰੋਗਰਾਮ, ਉਹਦੇ ਸਾਰੇ ਪੈਸੇ ਅਸੀਂ ਇਕੱਠੇ ਕਰਕੇ ਖਾਲਸਾ ਏਡ ਨੂੰ ਦਿੰਦੇ ਹਾਂ ਜਿੰਨੇ ਵੀ ਹੁੰਦੇ, ਤੇ ਉਹਦਾ ਇੱਕੋ ਹੀ ਮਕਸਦ ਹੁੰਦਾ ਕਿ ਇਹ ਉਹ ਪਿਓਰ ਕਲਚਰਲੀ ਹੋਵੇ, ਕੋਈ ਸਟੇਜ ਸ਼ੋਅ ਨਾ ਹੋਵੇ, ਸਾਰਾ ਲੇਡੀਜ਼ ਇੰਜੋਏ ਕਰਨ ਜਿੱਦਾਂ ਪੂਰੇ ਪੁਰਾਣੇ ਕਲਚਰ ਦੇ ਤਰੀਕੇ। ਹਾਂ, ਤੇ ਘਰੇ ਮੈਨੂੰ ਜਿਹੜੇ ਚੀਜ਼ਾਂ ਇਕੱਠੀਆਂ ਕਰਨੀਆਂ, ਵੇਲਣਾ ਵੀ ਉਹ ਜਿਹੜਾ ਅੱਗੇ ਹੁੰਦੇ ਨਾ ਕਪਾਹ ਵੇਲਦੇ ਹੁੰਦੇ, ਉਹ ਵੀ ਲਿਆ ਕੇ ਰੱਖਿਆ, ਚਰਖਾ, ਸ਼ੌਂਕ ਹੈ ਮੈਨੂੰ ਇਹਨਾਂ ਚੀਜ਼ਾਂ ਦਾ ਰੱਖਣ। ਨਹੀਂ ਅਸੀਂ ਦੇਖ ਰਹੇ ਹਾਂ ਮੰਜੇ ਪਏ ਆ, ਪੇਟੀ ਪਈ ਆ ਪੁਰਾਣੀ, ਮੇਰੇ ਤਾਂ ਯਾਦ ਆ ਜੀ। ਹਾਂ, ਪੇਂਡੂ ਕਹਦੇ ਪੇਟੀ ਉੱਥੇ ਕਿਵੇਂ ਬਣੀ ਤੇ ਕਿਵੇਂ ਪਹੁੰਚੀ ਹੈ? ਤਾਂ ਪੇਟੀ ਨਾ ਅੱਗੇ ਅਸੀਂ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਹੁੰਦੇ ਸੀ ਬਰਤਨ ਜੀ ਇਹਦੇ ਵਿੱਚ, ਤੇ ਉਹ ਸਿੱਟ ਦਿੰਦੇ, ਉਹਨੂੰ ਡਿਸਪੋਜ਼ ਕਰਨੀ ਬੜੀ ਔਖੀ ਹੁੰਦੀ ਸੀ। ਮੈਂ ਪੈਸੇ ਦਿੱਤੇ, ਮੈਂ ਕਿਹਾ ਮੈਂ ਜੋ ਚੜਾਵਾ ਤੁਸੀਂ ਲੈਣਾ ਲੈ ਲਓ, ਤੇ ਮੈਂ ਕਿਹਾ ਚੱਲ ਮੈਂ ਚੀਜ਼ਾਂ ਵਾਧੂ ਘੱਟੂ ਰੱਖ ਲਈਆਂ। ਪਰ ਉਹ ਮੇਰੇ ਹਸਬੈਂਡ ਨੇ ਹੌਕਾ ਲਈ, ਉਹਨਾਂ ਨੇ ਕਿਤਾਬਾਂ, ਕਿਉਂ ਪੜ੍ਹਨ ਦਾ ਬਹੁਤ ਸ਼ੌਂਕ ਸੀਗਾ, ਸਾਰਾ ਘਰ ਕਿਤਾਬਾਂ ਨਾਲ ਭਰਿਆ ਹੁੰਦਾ ਸੀ ਕਿਤਾਬਾਂ ਨੇ, ਹੁਣ ਕਿਤਾਬਾਂ ਕੱਢੀਆਂ, ਹੁਣ ਉਹਨਾਂ ਦੀ ਆਈਸਾਈਟ ਇੰਨੀ ਵਧੀਆ ਨੀ, ਤੇ ਹੁਣ ਮੈਂ ਕੱਢ ਕੇ ਥੋੜੀਆਂ ਵਾਲੀਆਂ ਆਪਣੀਆਂ ਚੀਜ਼ਾਂ ਰੱਖੀਆਂ। ਜੀ ਜੀ, ਪਰ ਨਾਲ ਨਾਲ ਹੁਣ ਐਂਟੀਕ ਇੱਕ ਸਾਂਭਣ ਯੋਗ ਚੀਜ਼ ਵੀ ਬਣ ਗਈ। ਉਹੀ ਨਾ, ਹਾਂ, ਬਾਹਰ ਰੱਖ ਲਈ। ਤੁਸੀਂ ਜਿਹੜਾ ਇੱਥੇ ਆਉਣ ਪਰਥ ਦੇ ਵਿੱਚ ਬਹੁਤ ਵੱਡੀ ਤਬਦੀਲੀ ਹੁੰਦੀ ਦੇਖੀ ਹੈ, ਜਦੋਂ ਤੁਸੀਂ ਆਏ ਹੋ 10-12 ਫੈਮਿਲੀ ਸੀ, ਗੁਰੂ ਕਰਨੀ ਸੀ, ਤੇ ਹੁਣ ਅੱਜ ਪਰਥ ਦੇ ਵਿੱਚ ਰੌਣਕ ਮੇਲੇ ਲੱਗੇ ਹੋਏ ਆ। ਹੁਣ ਤਾਂ ਤੁਸੀਂ ਗੁਰਦੁਆਰਾ ਸਾਹਿਬ ਜਾਓ, ਤੁਹਾਨੂੰ ਪਤਾ ਹੀ ਨੀ ਲੱਗਦਾ ਹੈਗਾ ਭਈ ਨਵੇਂ ਨਵੇਂ ਚਿਹਰੇ ਹੁੰਦੇ ਆ, ਜਦੋਂ ਬੱਚੇ ਆਏ ਉਹਨਾਂ ਦੇ ਪੇਰੈਂਟਸ ਆਏ ਹੋਏ ਆ, ਤੇ ਹੋਰ ਵੀ ਨਵੇਂ ਨਵੇਂ ਪਰਿਵਾਰ ਬਹੁਤ ਮੂਵ ਕਰ ਰਹੇ ਆ, ਜਿੱਦਾਂ ਆ ਬੜੀ ਹੈਗੀ, ਦੋਨੋਂ ਗੁਰੂ ਘਰਾਂ 'ਚ ਬੜੀ ਰੌਣਕ ਹੈ। ਬਸ ਸਾਨੂੰ ਰੋਜ਼ ਸਵਾਲ ਆਉਂਦੇ ਆ ਪੰਜਾਬ ਦੇ ਉੱਤੋਂ, ਸਵਾਲ ਆਉਂਦੇ ਆ ਤੇ ਉਹ ਪੁੱਛਦੇ ਆ ਵੀ ਅਸੀਂ ਪਰਥ ਜਾ ਰਹੇ ਹਾਂ, ਸਾਡੀ ਯੂਨੀਵਰਸਿਟੀ ਪਰਥ ਦੇ ਵਿੱਚ ਐਡਮਿਸ਼ਨ ਹੋ ਰਿਹਾ, ਪਰਥ ਦੇ ਵਿੱਚ ਕੀ ਤੁਸੀਂ ਕੀ ਆਉਣ ਵਾਲੇ ਬੱਚਿਆਂ ਨੂੰ ਕੀ ਕਹੋਗੇ ਵੀ ਉਹਨਾਂ ਨੂੰ ਪਰਥ ਚੁਣਨਾ ਚਾਹੀਦਾ, ਜੇ ਚੁਣਨਾ ਚਾਹੀਦਾ ਤਾਂ ਕਿਉਂ ਚੁਣਨਾ ਚਾਹੀਦਾ, ਕੀ ਕੀ ਧਿਆਨ ਰੱਖਣ ਵਾਲੀਆਂ ਗੱਲਾਂ? ਇੱਥੇ ਆ ਕੇ ਤੁਸੀਂ ਦੇਖੀਆਂ ਹੋਣੀਆਂ ਗਲਤੀਆਂ ਹੁੰਦੀਆਂ ਬੱਚਿਆਂ ਤੋਂ ਵੀ ਹੁੰਦੀਆਂ ਜਦੋਂ ਨਵੇਂ ਨਵੇਂ ਆਏ ਹੁੰਦੇ ਇੱਕ ਵਾਰੀ, ਤੁਸੀਂ ਕੀ ਕੀ ਕਹਿਣਾ ਚਾਹੋਗੇ? ਪਰਥ ਦੀ ਜਿਹੜੀ ਇਕਨੋਮਿਕਲ ਕੰਡੀਸ਼ਨ ਇਹ ਆ, ਮੋਸਟਲੀ ਮਾਈਨਿੰਗ ਤੇ ਡਿਪੈਂਡ ਕਰਦਾ ਆ ਜੀ, ਮਾਈਨਿੰਗ ਡਾਊਨ, ਇੱਥੇ ਸਾਰਾ ਕੁਛ ਤਕਰੀਬਨ ਡਾਊਨ ਹੋ ਜਾਂਦੇ ਆ ਇਸ ਵੇਲੇ, ਥੋੜਾ ਜੋਬ ਸਿਚੁਏਸ਼ਨ ਇੰਨੀ ਵਧੀਆ ਨਹੀਂ ਹੈਗੀ, ਵੈਸੇ ਇਹਦੇ ਵਰਗਾ ਸ਼ਹਿਰ ਕੋਈ ਨਹੀਂ ਹੈਗਾ, ਵੈਸੇ ਤਾਂ ਆਪਣਾ ਘਰ ਹਰ ਇੱਕ ਨੂੰ ਚੰਗਾ ਲੱਗਦਾ, ਪਰ ਵਧੀਆ ਸ਼ਹਿਰ ਆ, ਯੂਨੀਵਰਸਿਟੀਆਂ ਅੱਛੀਆਂ ਆ, ਮਤਲਬ ਬਹੁਤ ਅੱਛੀ ਐਜੂਕੇਸ਼ਨ ਵਾਈਜ਼, ਬਾਕੀ ਇਸ ਵੇਲੇ ਹਾਊਸ ਅਫੋਰਡੇਬਿਲਿਟੀ ਵੀ ਹੈਗੀ ਆ, ਤੇ ਇਹ ਆ ਕਿ ਜੇ ਪਰ ਜੇ ਤੁਸੀਂ ਨਿਸ਼ਚਾ ਕਰਕੇ ਕੰਮ ਕਰੋਗੇ ਤਾਂ ਤੁਹਾਨੂੰ ਮਿਲੂਗੀ ਮਿਲੂਗੀ ਤਰੱਕੀ ਮਿਲੂਗੀ, ਜੋਬ ਚ ਪੀ ਐਚ ਸਭ ਕੁਛ, ਪਰ ਤੁਸੀਂ ਰਾਈਟ ਵੇ ਨਾ ਕਰੋ। ਜੀ ਜੀ ਬਿਲਕੁਲ, ਤੇ ਮੈਂ ਦੇਖਿਆ ਸ਼ੌਂਕ ਨਾਲ ਤੁਸੀਂ ਫਰੂਟ ਸਬਜ਼ੀਆਂ ਦੇ ਵੀ ਰੱਖੇ ਹੋਏ ਆ, ਬੜੇ ਸੋਹਣੇ ਸੋਹਣੇ ਟ੍ਰੀ ਲਾ ਰੱਖਿਆ। ਕੰਮ ਵੀ ਅਸੀਂ ਕੀਤੀ ਸੀਗੀ ਗੋਡੀ ਆ, ਤੇ ਮੈਂ ਆਹ ਕਰੇਲੇ ਵਗੈਰਾ ਘੀਆ ਲਾਈ ਆ, ਤੇ ਉੱਧਰ ਉੱਧਰਲਾ ਬਾੜਾ ਉਹ ਨਾਲ ਦਾ ਹੀ ਆ ਨਾ। ਅੱਛਾ ਅੱਛਾ, ਮੁਰਗੀਆਂ ਵਗੈਰਾ ਗਰਮੀਆਂ। ਅੱਛਾ, ਸਾਡੇ ਮਾਲਵੇ ਚ ਤਾਂ ਬੜਾ ਪਿਆਰਾ ਸ਼ਬਦ ਹੈ ਜੀ, ਮਾਲ ਬਾੜਾ, ਅਸੀਂ ਨੋਹਰਾ ਵੀ ਕਹਿੰਦੇ ਹਾਂ, ਬਾੜਾ ਵੀ, ਬਾਹਰਲਾ ਘਰ ਵੀ, ਤੇ ਅੱਡ ਜਦੋਂ ਏਰੀਏ ਬਦਲ ਜਾਂਦੇ ਆ ਨਾਂ ਥੋੜਾ ਜਿਹਾ ਬਦਲ ਜਾਂਦਾ, ਪਰ ਦੇਖੋ ਪਰਥ ਦੀ ਧਰਤੀ ਤੇ ਬਾੜਾ ਸ਼ਬਦ ਸੁਣਨਾ ਬੜਾ ਚੰਗਾ ਲੱਗਿਆ ਵੀ ਬਾੜੇ ਚ ਚੱਲੀਏ। ਐਜੂਕੇਸ਼ਨ ਮਾਲਵੇ ਦੀ ਹੈ ਨਾ ਜੀ, ਉੱਥੇ ਹੋਸਟਲ ਪੜ੍ਹੀ ਸੀ ਸਿੱਧਵਾਂ ਕਾਲਜ। ਅੱਛਾ, ਸਿੱਧਵਾਂ ਕਾਲਜ ਤੋਂ ਪੜ੍ਹੇ।
ਰਹੇ ਹੁੰਦੇ ਸੀ। ਸੋ ਇਸ ਕਰਕੇ ਬਾੜਾ ਸ਼ਬਦ ਤੁਸੀਂ ਇੱਥੇ ਵੀ ਰੱਖਿਆ ਹੋਇਆ, ਉਹ ਸਾਰੇ ਬਾੜਾ ਕਹਿੰਦੀਆਂ ਸੀ ਸਾਡੇ ਬਾੜੇ ਚ ਇੱਦਾਂ ਹੋਇਆ। ਸੋ ਨਹੀਂ ਬਹੁਤ ਵਧੀਆ ਤੁਸੀਂ ਜਿਹੜੇ ਉਪਰਾਲੇ ਕੀਤੇ ਹੋਏ ਆ, ਤੇ ਸਾਡੇ ਦਰਸ਼ਕ ਵੀ ਇਸ ਚੀਜ਼ ਨੂੰ ਪਸੰਦ ਕਰਨਗੇ ਵੀ ਵਿਦੇਸ਼ ਦੀ ਧਰਤੀ ਦੇ ਉੱਤੇ ਕਿੱਡਾ ਸੋਹਣਾ ਪੰਜਾਬ ਤੁਸੀਂ ਵਸਾਇਆ ਹੋਇਆ, ਤੇ ਪਰਿਵਾਰ ਨੇ ਆਪਦਾ ਬਣਦਾ ਯੋਗਦਾਨ ਵੀ ਬਹੁਤ ਵੱਡਾ ਪੱਧਰ ਤੇ ਦਿੱਤਾ। ਹੁਣ ਵੀ ਮੈਨੂੰ ਪਤਾ ਤੁਸੀਂ ਵੇਲੇ ਵੇਲੇ ਸਿਰ ਆਪਦੀਆਂ ਜਿਹੜੀਆਂ ਗਤੀਵਿਧੀਆਂ ਨਿਭਾਉਂਦੇ ਰਹਿੰਦੇ ਹੋ, ਤਾਂ ਇਸ ਲਈ ਅਸੀਂ ਪੇਂਡੂ ਆਸਟ੍ਰੇਲੀਆ ਦੀ ਪੂਰੀ ਟੀਮ ਬੰਨੀਓ ਤੁਹਾਨੂੰ ਧੰਨਵਾਦ ਕਰਦੇ ਹਾਂ ਜੀ, ਤੇ ਅਸੀਂ ਜ਼ਰੂਰ ਕੈਮਰੇ ਦੀ ਅੱਖ ਤੋਂ ਤੁਹਾਡੀ ਸਾਰੀ ਖੇਤੀ ਵੀ ਦੇਖਦੇ ਹਾਂ, ਦਿਖਾਉਂਦੇ ਹਾਂ। ਤੇ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜਿਹੜਾ ਤੁਸੀਂ ਇੱਥੇ ਆਏ, ਮਤਲਬ ਕਿ ਸ਼ਾਰਟ ਨੋਟਿਸ ਤੇ ਤੁਸੀਂ ਕਿਹਾ ਹਾਂ ਨਹੀਂ ਆਉਂਦੇ ਹਾਂ, ਤੇ ਕਿਉਂਕਿ ਤੁਸੀਂ ਵੀ ਥੋੜੇ ਟਾਈਮ ਵਾਸਤੇ ਇੱਥੇ ਆਏ ਹੋ, ਤੇ ਉਹਦੇ ਚ ਟਾਈਮ ਕੱਢਣਾ ਜੀ ਦੇਖੋ ਸਾਨੂੰ ਸਾਨੂੰ ਤਾਂ ਸਿਰਫ ਇੱਕ ਪਿਆਰ ਆ ਤੁਹਾਡਾ, ਇੰਨਾ ਪਿਆਰ ਸਤਿਕਾਰ ਸਾਨੂੰ ਦਿੰਦੇ ਆ ਤੇ ਅਸੀਂ ਭੱਜੇ ਆਉਣੇ ਆ ਜੀ। ਤੇ ਇਸੇ ਅਸੀਂ ਸਾਡਾ ਆਉਣ ਦਾ ਵੀ ਮਕਸਦ ਇੱਕੋ ਹੀ ਆ ਜੀ ਵੀ ਅਸੀਂ ਦਿਖਾ ਸਕੀਏ ਵੀ ਇਹ ਵੈਸਟਰਨ ਆਸਟ੍ਰੇਲੀਆ ਨੂੰ ਤੁਸੀਂ ਪਛੜਿਆ ਨਾ ਕਹੋ, ਵੈਸਟਰਨ ਆਸਟ੍ਰੇਲੀਆ ਨੂੰ ਇਹ ਨਾ ਕਹੋ ਵੀ ਉਹ ਕਿਤੇ ਪਿੱਛੇ ਆ, ਤੇ ਇੱਥੋਂ ਦੀਆਂ ਜਿਹੜੀਆਂ ਮੈਂ ਇਤਿਹਾਸਿਕ ਚੀਜ਼ਾਂ ਜਾਂ ਹੋਰ ਚੀਜ਼ਾਂ ਤੁਹਾਨੂੰ ਜ਼ਰੂਰ ਦਿਖਾਊਂਗਾ ਇਹ ਉਹ ਆ ਜਿੱਥੇ ਸੈਲਫ ਮੇਡ ਮਿਲੀਅਨੇਅਰ ਸਭ ਤੋਂ ਵਾਧਾ ਦੁਨੀਆਂ 'ਚ ਸੈਲਫ ਮੇਡ। ਸੋ ਇਹ ਉਹ ਧਰਤੀ ਆ, ਸੋ ਇਸ ਧਰਤੀ ਬਾਰੇ ਅਸੀਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦੇਵਾਂਗੇ, ਤੇ ਉਮੀਦ ਆ ਤੁਸੀਂ ਇਹ ਸਾਰੀ ਸਾਡੀ ਜਿਹੜੀ ਕੜੀ ਜਾਂ ਲੜੀ ਦੇਖ ਕੇ ਪਰਥ ਦੇ ਉੱਤੇ ਜਿਹੜੀ ਪੇਂਡੂ ਆਸਟ੍ਰੇਲੀਆ ਦੇ ਵਿੱਚ ਚੱਲਣੀ ਆ, ਤੇ ਤੁਹਾਡਾ ਜਿਹੜਾ ਮਨ ਆ ਉਹ ਜ਼ਰੂਰ ਪਰਥ ਆਉਣ ਨੂੰ ਕਰੂਗਾ। ਸੋ ਵੈਦਰ ਦੀ ਜੇ ਗੱਲ ਕਰੀਏ ਪਰਥ ਦੇ ਮਾਮਲੇ 'ਚ ਵੈਦਰ ਨੂੰ ਜੋ ਹਾਂ ਪਰ ਗਰਮੀਆਂ ਡਰਾਈ ਹੁੰਦੀਆਂ, ਪਰ ਫੇਰ ਵੀ ਆ ਜਾਂਦਾ ਮੀਂਹ ਜੇ ਦੋ ਚਾਰ ਦਿਨ ਥੋੜੀ ਜਿਆਦਾ ਗਰਮੀ ਹੋਵੇ ਮੀਂਹ ਪੈ ਜਾਂਦਾ। ਇੰਡੀਆ ਵੀ ਬਾਹ ਪਹੁੰਚਦੀ ਇੱਥੋਂ ਸਾਡੇ ਨਾਲੋਂ ਨੇੜੇ ਆ ਇੱਥੋਂ। ਟਿਕਟ ਵੀ ਸਸਤੀ ਰਹਿੰਦੀ ਆ ਮੈਂ ਦੱਸਦਾ ਇੱਥੇ ਇੰਡੀਆ ਸਾਡੀ ਤਾਂ ਇੱਥੋਂ ਜਾਂਦੀ ਅੰਮ੍ਰਿਤਸਰ ਨੂੰ ਦੋ ਫਲਾਈਟਾਂ ਜਾਂਦੀਆਂ ਹਾਂ, ਤੇ 8 ਘੰਟਿਆਂ ਦੀ ਹੋਣੀ ਆ 10 ਘੰਟੇ ਲੱਗਦੇ ਆ, 10 ਘੰਟਿਆਂ 'ਚ ਤੁਸੀਂ ਆਪਦੇ ਟਿਕਾਣੇ 'ਤੇ ਪਹੁੰਚ ਜਾਂਦੇ ਹੋ। ਸੋ ਬਿਲਕੁਲ ਜੀ ਮੈਨੂੰ ਲੱਗਦਾ ਵੀ ਤੁਸੀਂ ਇਸ ਐਪੀਸੋਡ ਦੇ ਜ਼ਰੀਏ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ, ਅਤੇ ਬਹੁਤ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਹਾਸਿਲ ਗਿਆਨ ਵੀ ਹਾਸਿਲ ਹੋਇਆ, ਅਤੇ ਮੈਂ ਇੱਥੇ ਦਾਅਵੇ ਨਾਲ ਕਹਿ ਸਕਦਾ ਵੀ ਜਿਹੜਾ ਇਸ ਪਰਿਵਾਰ ਨੇ ਉੱਪਰ ਫੈਮਿਲੀ ਨੇ ਸਾਡੇ ਲਈ ਦਿੱਤਾ ਜਾਂ ਦੇ ਰਹੇ ਆ ਹਾਲੇ ਵੀ ਦੇ ਰਹੇ ਆ ਉਹ ਜਿਹਾ ਬਹੁਤ ਘੱਟ ਲੋਕਾਂ ਦੇ ਨਸੀਬ 'ਚ ਆਇਆ। ਸੋ ਅਸੀਂ ਇਸ ਲਈ ਦੁਆ ਕਰਦੇ ਹਾਂ ਫੈਮਿਲੀ ਦੇ ਉੱਤੇ ਪਰਮਾਤਮਾ ਦੀ ਜਿਹੜੀਆਂ ਮਿਹਰਾਂ ਬਣੀਆਂ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਅਤੇ ਜ਼ਰੂਰ ਤੁਹਾਨੂੰ ਕੈਮਰੇ ਦੀ ਅੱਖ ਤੋਂ ਬਾੜਾ ਦੇਖ ਕੇ ਆਉਣੇ ਆਉਣਾ ਸੀ।